सत श्री अकाल, तुसी देख रहे हो कल्याण टीवी पंजाब ते मैं हर्षपाल सिंह। कोई समा सी लोग बॉम्बे अते दिल्ली वर्गे शहरां विच जा के उच्चियां उच्चियां बिल्डिंगा देखदे सन अते हैरान भी हुंदे सन भी ये बिल्डिंगा किवें बणदियां हन ते कौन बणाउंदा है। पर समें दा बदलाव आया ते बिल्डिंगा आ विच बण लगियां। जे गल कीती जावे बठिंडा दी तां मित्तल ग्रुप वल्लों इस बिल्डिंगा ते लंबे समें तों कम कीता जा रिहा। मित्तल ग्रुप उह है जो अक्सर ही समाजिक कम्मां विच वध चढ़ के हिस्सा लैंदा है, चाहे उह गरीबां दे मकान ਆਉਣੇ ਹੁਣ ਚਾਹੇ ਹਸਪਤਾਲ ਵਿੱਚ ਮਸ਼ੀਨਾਂ ਦੇਣੀਆਂ ਹੁਣ। ਮਿੱਤਲ ਗਰੁੱਪ ਵੱਲੋਂ ਇਹ ਨਵਾਂ ਪ੍ਰੋਜੈਕਟ ਲਾਂਚ ਕੀਤਾ ਜਾ ਰਿਹਾ ਜੋ ਡੱਬ ਵਾਲੀ ਰੋਡ ਤੇ ਸ਼ੀਸ਼ ਮਹਿਲ ਦੇ ਅੰਦਰ ਜੋ ਪਹਿਲਾਂ ਹੀ ਕਲੋਨੀਆਂ ਕੱਟ ਕੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ ਉਹਨਾਂ ਵਿੱਚ ਵਿਸ਼ੇਸ਼ ਤੌਰ ਤੇ ਯੋਗਦਾਨ ਪਾਇਆ ਹੈ। ਰਜਿੰਦਰ ਮਿੱਤਲ ਮਿੱਤਲ ਕੰਪਨੀ ਦੇ ਮਾਲਕ ਉਹਨਾਂ ਨੇ ਕਿਹਾ ਕਿ ਜੋ ਨਵਾਂ ਪ੍ਰੋਜੈਕਟ ਹੈ ਫਲੈਟ ਬਣਾ ਕੇ ਦੇਣ ਉਹਨਾਂ ਵਿੱਚ ਹਰ ਚੀਜ਼ ਦਾ ਧਿਆਨ ਰੱਖਿਆ ਜਾਏ, ਉਹ ਪਾਣੀ ਦਾ ਹੋਵੇ ਚਾਹੇ ਸੀਵਰੇਜ ਦਾ ਹੋਵੇ ਅਤੇ ਚਾਹੇ ਵਾਤਾਵਰਨ ਦਾ ਹੋਵੇ, ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆ ਸਕੇ। ਕਿਉਂਕਿ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਹੈ, ਕਿਉਂਕਿ ਵਹੀਕਲ ਵੱਧ ਗਏ ਹਨ ਅਤੇ ਪਾਰਕਿੰਗ ਦੀ ਸਮੱਸਿਆ ਆਮ ਰਹਿੰਦੀ ਹੈ। ਪਰ ਅਸੀਂ ਇਸ ਤੌਰ 'ਤੇ ਵਿਸ਼ੇਸ਼ ਧਿਆਨ ਰੱਖਿਆ ਗਿਆ। ਕੀ ਕਹਿਣਾ ਹੈ ਮਿੱਤਲ ਕੰਪਨੀ ਦੇ ਮਾਲਕ ਰਜਿੰਦਰ ਮਿੱਤਲ ਦਾ, ਤੁਹਾਨੂੰ ਵੀ ਸੁਣਾਉਂਦੇ ਹਾਂ। ਅੱਜ ਸ਼ੀਸ਼ ਮਹਿਲ ਸਕਾਈਲਾਈਨ ਦਾ ਭੂਮੀ ਪੂਜਨ ਕੀਤਾ ਹੈ। ਇਹਦੇ ਵਿੱਚ 180 ਫਲੈਟ ਹੈ, 3 ਬੈਡਰੂਮ ਦੀ ਜ਼ਿਆਦਾ ਹੈ, ਕੁਛ 4 ਬੈਡਰੂਮ ਦੇ ਹੈ, ਕੁਛ ਲਗਜ਼ੂਰੀਅਸ ਅਪਾਰਟਮੈਂਟਸ ਹੈ। ਇਹ ਮਿੱਤਲ ਗਰੁੱਪ ਦਾ ਆਈ ਥਿੰਕ ਉਰੇ 8ਵਾਂ 9ਵਾਂ ਪ੍ਰੋਜੈਕਟ ਹੈਗਾ ਅਤੇ ਅਸੀਂ 3 ਸਾਲ ਦੇ ਵਿੱਚ ਇਹਨੂੰ ਤਕਰੀਬਨ ਪੂਰਾ ਕਰਾਂਗੇ, ਜਿਹਦੀ ਕਿ ਅੱਜ ਤੋਂ ਬੁਕਿੰਗ ਚਾਲੂ ਹੋ ਚੁੱਕੀ ਹੈ। ਅਤੇ ਇਹ ਪ੍ਰੋਜੈਕਟ ਪੂਰਾ ਰੇਰਾ ਅਪਰੂਵਡ, ਸਾਰੀ ਚੀਜ਼ਾਂ ਤੋਂ ਅਪਰੂਵਡ ਹੈਗਾ ਅਤੇ ਅੰਦਾਜ਼ਾ ਇਹਨੂੰ 3 ਸਾਲਾਂ 'ਚ ਅਸੀਂ ਪੂਰਾ ਕਰਕੇ ਲੋਕਾਂ ਨੂੰ ਰਿਹਾਇਸ਼ ਵਾਸਤੇ ਇਹਦੇ 'ਚ ਇੱਕ ਤਾਂ 3 ਬੈਡਰੂਮ ਦਾ ਫਲੈਟ ਹੈ ਜੀ, ਕੁਛ ਕਾਫੀ ਮੈਜੋਰਿਟੀ 3 ਬੈਡਰੂਮ ਹੈ, ਫਿਰ 4 ਬੈਡਰੂਮ ਹੈ, ਫਿਰ ਇਹਦੇ ਵਿੱਚ ਕੁਛ ਪੈਂਟ ਹਾਊਸਿਸ ਹੈ ਉੱਪਰ ਜਿਹੜੇ ਟੌਪ ਫਲੋਰ ਦੇ ਹੈ, ਜਿਹੜੇ ਕਿ ਡੁਪਲੈਕਸ ਹੋਣਗੇ। 8ਵਾਂ ਤੇ 9ਵਾਂ ਫਲੋਰ ਹੋਣਗੇ, 7 ਫਲੋਰ ਤੱਕ ਹੀ ਹੈਗਾ। ਕੀਮਤ ਅਜੇ ਐਕਚੁਅਲੀ ਕੋਈ ਪੱਕਾ ਨਹੀਂ ਤੈਅ ਹੋਈ ਹੈ, ਲੇਕਿਨ ਅੰਦਾਜ਼ਾ ਇਹਦੀ ਮਤਲਬ 2500 ਰੁਪਏ ਸਕੁਏਅਰ ਫੁੱਟ ਦੀ ਕਰੀਬ ਆਊਗੀ। ਵੱਖਰਾ ਇਸ ਤਰ੍ਹਾਂ ਹੈ ਵੀ ਬੇਸਿਕਲੀ ਅਸੀਂ ਇਹ ਖਿਆਲ ਰੱਖਿਆ ਹੈ ਵੀ ਇੱਕ ਤਾਂ ਸਾਰੇ ਦੇ ਸਾਰਿਆਂ ਨੂੰ ਬਾਹਰ ਦੀ ਲਾਈਟ ਸਾਰੇ ਫਲੈਟਾਂ ਨੂੰ ਅਵੇਲੇਬਲ ਹੋ, ਏਰੀਏਸ਼ਨ ਬਹੁਤ ਜ਼ਿਆਦਾ ਹੈ, ਖੁੱਲ੍ਹਾ ਏਰੀਆ ਬਹੁਤ ਜ਼ਿਆਦਾ ਛੱਡਿਆ, ਸਿਰਫ ਧਰਤੀ ਜਿਹੜੀ ਕਵਰੇਜ ਹੈ ਉਹ 23% ਤੋਂ ਵੀ ਲੈਸ ਹੈ। ਪਾਰਕਿੰਗ ਇੱਕ ਫਲੈਟ ਪਿੱਛੇ 2 ਗੱਡੀਆਂ ਦੀ ਪਾਰਕਿੰਗ ਰੱਖੀ ਹੈ ਤਾਂ ਕਿ ਵੀ ਪਾਰਕਿੰਗ ਦੀ ਅੱਗੇ ਟਾਈਮ 'ਚ ਦਿੱਕਤ ਹੈ। ਗੈਸਟ ਪਾਰਕਿੰਗ ਵੀ ਵੱਖਰੀ ਰੱਖੀ ਹੈ, ਬੇਸਮੈਂਟ ਪਾਰਕਿੰਗ ਵੀ ਰੱਖੀ ਹੋਈ ਹੈ, ਸਟਿਲਡ ਪਾਰਕਿੰਗ ਰੱਖੀ ਹੈ, ਖੁੱਲ੍ਹੇ ਪਾਰਕ ਰੱਖੇ ਹੈ ਬੱਚਿਆਂ ਵਾਸਤੇ ਖੇਲਣ ਵਾਸਤੇ, ਜਿਹੜੇ ਕਿ ਇਹਦੇ ਵਿੱਚ ਆਪਣਾ ਝੂਲੇ ਵਗੈਰਾ ਹੋਰ ਵਗੈਰਾ ਉਹ ਸਾਰੀ ਐਮਿਨਿਟੀਜ਼ ਇਹਦੇ ਵਿੱਚ ਲੱਗੀ ਹੈ। ਬਾਕੀ ਇਹ ਡਿਵੈਲਪਡ ਕਲੋਨੀ ਦਾ ਪਾਰਟ ਹੈ, ਜਿਸ ਕਲੋਨੀ 'ਚ ਆਲਰੇਡੀ ਇੱਕ ਮੈਡੀਟੇਸ਼ਨ ਸੈਂਟਰ ਵੀ ਹੈ, ਕਮਿਊਨਿਟੀ ਹਾਲ ਵੀ ਹੈ, ਕਲੱਬ ਵੀ ਹੈ, ਆਪਣਾ ਬਾਕੀ ਤੁਹਾਡਾ ਸਟੇਡੀਅਮ ਵੀ ਹੈ, ਸਾਰੀ ਚੀਜ਼ਾਂ ਇਹਦੇ ਵਿੱਚ ਸਹੂਲਤਾਂ ਦਾ ਇੱਕ ਪਾਰਟ ਹੈ। ਇਹ ਸ਼ੀਸ਼ ਮਹਿਲ ਅਤੇ ਗਣਪਤੀ ਦਾ ਇੱਕ ਪਾਰਟ ਹੀ ਹੈ ਅਤੇ ਜਿਸ 'ਚ ਸਹੂਲਤਾਂ ਸਾਰੀ ਆਲਰੇਡੀ ਅਸੀਂ ਡਿਵੈਲਪ ਕੀਤੀ ਹੋਈ ਹੈ, ਜਿਹੜਾ ਕਨਾਲ ਵਾਟਰ ਵੀ ਅਵੇਲੇਬਲ ਹੈ, ਸਾਰਾ ਜੇ ਸੀਵਰੇਜ ਵਾਟਰ ਦੇ ਦੋਨਾਂ ਦੇ ਕਮੇਟੀ ਦੇ ਕਨੈਕਸ਼ਨ ਵੀ ਉਰੇ ਸਾਰੇ ਅਵੇਲੇਬਲ ਹੈ। ਹਾਂ ਅਸੀਂ 51 ਕੁਆਰ ਜਿਹੜੇ ਮਕਾਨ ਹੈ ਗਰੀਬਾਂ ਵਾਸਤੇ ਉੜੀਆ ਕਲੋਨੀ 'ਚ ਉਹ ਸਾਡੇ ਕੰਪਲੀਟ ਹੋ ਗਏ ਹੈ ਅਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਗੀ ਵੀ 28 ਤਰੀਕ ਨੂੰ ਉਰੇ ਮਿਨਿਸਟਰ ਸਾਹਿਬ ਆ ਰਹੇ ਹੈ ਅਤੇ ਉਹਨਾਂ ਦੀ ਪ੍ਰੈਜੈਂਸ ਅਸੀਂ ਉਹਨਾਂ ਨੂੰ ਚਾਬੀਆਂ ਹੈਂਡਓਵਰ ਕਰ ਦਿਆਂਗੇ ਕਾਰਪੋਰੇਸ਼ਨ ਨੂੰ। ਕਾਰਪੋਰੇਸ਼ਨ ਅੱਗੇ ਜਿਹੜੇ ਲੋਕਾਂ ਦੇ ਜਿਹੜੇ ਲਾਭਾਰਥੀ ਹੈ, ਜਿਹੜੇ ਉਹਨਾਂ ਦੇ ਬੈਨੀਫਿਸ਼ਰੀਜ਼ ਹੈ, ਉਹਨਾਂ ਨੂੰ ਅਲਾਟ ਕਰੂਗੀ ਅਤੇ ਫਰਦਰ ਅਸੀਂ ਕਾਰਪੋਰੇਸ਼ਨ ਇੱਕ ਹੋਰ ਕਿਹਾ ਵੀ ਉੱਥੇ 125 ਦੇ ਕਰੀਬ ਘਰ ਹੈਗੇ ਹੈ ਟੋਟਲ। ਅਸੀਂ ਪਿੱਛੇ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਸਾਨੂੰ ਇਹਦੀ ਸਪੋਰਟ ਕਰੋ ਤਾਂ ਕਿ 125 ਦੇ 25 ਘਰ ਬਣਾ ਦਈਏ। ਹੁਣ ਅਸੀਂ ਐਪਲੀਕੇਸ਼ਨ ਪਾਈ ਹੈ ਵੀ ਸਾਨੂੰ ਪਰ ਘਰ ਤੁਸੀਂ 1.75 ਲੱਖ ਦੇ ਦਿਓ ਅਤੇ 125 ਦੇ 25 ਘਰ ਬਣਾ ਦਿੰਦੇ, ਕਿਉਂ ਸਾਡਾ ਤਕਰੀਬਨ 3.5 ਲੱਖ ਤੋਂ 4.25 ਲੱਖ ਰੁਪਏ ਇੱਕ ਮਕਾਨ 'ਤੇ ਖਰਚ ਆਉਂਦਾ। 50% ਕੰਟਰੀਬਿਊਸ਼ਨ ਅਸੀਂ ਪਾ ਦਾਂਗੇ, 50% ਕੰਟਰੀਬਿਊਸ਼ਨ ਤੁਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਇੱਕ ਗੌਰਮੈਂਟ ਦੀ ਸਕੀਮ ਹੈ ਵੀ 1.75 ਲੱਖ ਰੁਪਏ ਉਹ ਦਿੰਦੇ ਹੈ। ਦੇਖੋ ਇੱਕ ਤਾਂ ਇਹ ਅਸੀਂ ਉੜੀਆ ਕਲੋਨੀ 'ਚ ਕੰਪਲੀਟ ਕਰ ਲਿਆ, ਬਾਕੀ ਅਸੀਂ ਜਿਹੜਾ ਪੇਸ਼ੈਂਟ ਸੈਲਟਰ ਹੋਮ ਹੈ, ਜਿਹੜਾ ਸਾਡਾ ਇੱਕ ਡ੍ਰੀਮ ਪ੍ਰੋਜੈਕਟ ਹੈ, ਉਹ ਅਸੀਂ ਉਮੀਦ ਹੈ ਵੀ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਅਸੀਂ ਵਿਸਾਖੀ ਦਾ ਅਸੀਂ ਤੀਜਾ ਰੱਖਿਆ ਵੀ ਵਿਸਾਖੀ ਤੋਂ ਉਹਦੀ ਕੰਸਟਰਕਸ਼ਨ ਸ਼ੁਰੂ ਕਰ ਦਿਆਂਗੇ। ਸਾਰੀ ਪ੍ਰੀਲਿਮਨਰੀ ਪਰਮਿਸ਼ਨਸ ਹੋ ਗਈ ਹੈ, ਮੈਂ ਕਿਹਾ ਹੋਪਫੁਲੀ ਅੱਜ ਹਾਊਸ ਦੀ ਮੀਟਿੰਗ ਹੈ ਉਹਦੇ ਵਿੱਚ ਏਜੰਡੇ ਦੇ ਵਿੱਚ ਉਹਨਾਂ ਨੂੰ ਰਿਕੁਐਸਟ ਕੀਤੀ ਸੀ, ਮੈਨੂੰ ਨਹੀਂ ਪਤਾ ਏਜੰਡਾ ਲੱਗਿਆ ਕਿ ਨਹੀਂ ਲੱਗਿਆ, ਲੇਕਿਨ ਹੋਪਫੁਲੀ ਲੱਗਿਆ ਹੋਊਗਾ ਕਿ ਇੰਪੋਰਟੈਂਟ ਪ੍ਰੋਜੈਕਟ ਹੈ। ਮੇਅਰ ਨੂੰ ਵੀ ਬੇਨਤੀ ਕੀਤੀ ਸੀ, ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕੀਤੀ, ਇੱਕ ਵਾਰੀ ਅਪਰੂਵ ਹੋ ਜਾਊਗਾ ਪ੍ਰੋਜੈਕਟ। ਆਈ ਥਿੰਕ ਅਸੀਂ ਅਪ੍ਰੈਲ 13 ਤੱਕ ਨਕਸ਼ੇ ਦੇ ਸਾਰੇ ਬਣ ਚੁੱਕੇ ਹੈ, ਸਾਰਾ ਕੁਝ ਹੋ ਚੁੱਕਿਆ, ਆਊਟਲਾਈਨ ਸਾਰਾ
ਉਹਨਾਂ ਨਾਲ ਏਮਸ ਨਾਲ ਵੀ ਸ਼ੇਅਰ ਹੋ ਚੁੱਕਿਆ ਹੈ ਕਿ ਬਾਕੀ ਪਿੱਛੇ ਜੀ ਅਸੀਂ ਹੁਣ 3 ਮਸ਼ੀਨਾਂ ਡਾਇਲੈਸਿਸ ਦੀ ਇਹਦੇ ਵਿੱਚ ਸਿਵਲ ਹਸਪੀਟਲ 'ਚ ਅਸੀਂ ਡੋਨੇਟ ਕੀਤੀ ਹੈ, ਉਹ ਵੀ ਪ੍ਰੋਜੈਕਟ ਸਾਡਾ ਚੱਲ ਗਿਆ। ਅਤੇ ਸਾਡਾ ਨੈਕਸਟ ਪ੍ਰੋਜੈਕਟ ਇਹ ਵੀ 75 ਕਰੋੜ ਸੀ, ਜੇ ਗੌਰਮੈਂਟ ਸਾਨੂੰ ਸਪੋਰਟ ਕਰਦੀ ਹੈ ਬਾਈ ਯੂ ਕੈਨ ਸੇ ਕੰਟਰੀਬਿਊਟਿੰਗ 50% ਆਫ ਦੀ ਕੋਸਟ, ਅਤੇ ਅਸੀਂ ਉਹ 125 ਦੇ ਬਾਕੀ ਵੀ ਕੰਪਲੀਟ ਕਰ ਦਾਂਗੇ। जी मेरा नाम कुशल मित्तल है, आज हम आए हैं ये भूमि पूजन पे हमारे नए प्रोजेक्ट के लिए, शीशमहल स्काईलाइन। जैसे हमारे कहीं का प्रोजेक्ट रहे हैं शहर में, बठिंडा शहर में, ये अब हमारा सबसे नया प्रोजेक्ट है। हमारा लास्ट प्रोजेक्ट था शीशमहल हाइट्स, जहां हमने 120 अपार्टमेंट्स बनाए हैं और जो लोगों ने खरीदे थे उनको हैंड ओवर भी हो चुके हैं ये प्रोजेक्ट्स। अब जो नया प्रोजेक्ट है ये 180 अपार्टमेंट्स बनेंगे शीशमहल स्काईलाइन, जो शीशमहल कॉलोनी के अंदर है। ये इसमें 3 BHK 4 BHK पेंट हाउसेज हैं, ये अपनी इस्टेब्लिश्ड कॉलोनी में है जहाँ पर स्टेडियम है, क्लब है, मेडिटेशन सेंटर है, SCOs हैं। तो ओवरऑल फुली डेवलप्ड कॉलोनी में हमारा नया प्रोजेक्ट आ रहा है। हाँ जी, बड़े सक्सेसफुल हैं। हमारी कंपनी ने जब भी कोई प्रोजेक्ट लॉन्च करा है उसे हैंड ओवर दिया है अपने कस्टमर को, और जो भी टाइम लिमिट है उससे कम में दिया है। तो देखिए, लोगों का विश्वास है कि हमारे प्रोजेक्ट में बुकिंग करते हैं, और इस विश्वास को पर खड़े होने के लिए हमारी पूरी कोशिश रहती है कि टाइमली और गुड कंस्ट्रक्शन के साथ उनको प्रोजेक्ट दिया जाए। इसमें नए जी अपार्टमेंट्स नए तरह के ही हैं, इसमें खुले अपार्टमेंट्स होंगे, खुली बैल्कनियाँ होंगी और विद सारी मॉडर्न अमेनिटीज। कितनी देर में कंप्लीट हो जाएगा ये? जी देखिए, इसमें 2.5 से 3 साल लग जाएंगे कंप्लीट करने में। कंपनी की उम्मीद है जितनी जल्दी हो सके, बट 2.5 से 3 साल। बुकिंग के लिए क्या प्रोसेस है? जी बुकिंग के लिए आप अभी तो ज़्यादा टोकन अमाउंट ही ले लेते हैं हम, एंड फिर उससे बुकिंग हो जाती है अपार्टमेंट की।